ਦੋ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿਚਾਲੇ ਮੌਤ ਹੋਈ ਹੈ। ਕੰਮ ਤੋਂ ਘਰ ਨੂੰ ਜਾ ਰਹੇ ਸੀ ਦੋਵੇਂ ਨੌਜਵਾਨ ਅਤੇ ਰਾਹ ਦੇ ਵਿੱਚ ਹੀ ਵੱਡਾ ਹਾਦਸਾ ਵਾਪਰ ਗਿਆ। ਹਾਈਵੇ ਦੇ ਨੇੜੇ ਇਹ ਹਾਦਸਾ ਵਾਪਰਿਆ ਜਿਸ ਦੌਰਾਨ ਦੋਹਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਕੰਮ ਤੋਂ ਬਾਅਦ ਆਪਣੇ ਘਰ ਨੂੰ ਜਾ ਰਹੇ ਸੀ ਦੋਵੇਂ ਨੌਜਵਾਨ ਅਤੇ ਹਾਈਵੇ ਤੇ ਹੀ ਇੱਕ ਵਾਹਨ ਦੇ ਨਾਲ ਉਹਨਾਂ ਦੀ ਜ਼ੋਰਦਾਰ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਪੁਲਿਸ ਦੇ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਅਤੇ ਜੋ ਬਣਦੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਖਬਰ ਸੋਨੀਪਤ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸੜਕ ਹਾਦਸੇ ਦੇ ਵਿਚਾਲੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਔਰ ਦੋਵੇਂ ਨੌਜਵਾਨ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਅਤੇ ਬਾਈਕ 'ਤੇ ਬੈਠ ਕੇ ਉਹ ਘਰ ਨੂੰ ਜਾ ਰਹੇ ਸੀ ਅਤੇ ਰਾਹ ਦੇ ਵਿਚਾਲੇ ਹੀ ਇੱਕ ਤੇਜ਼ ਰਫ਼ਤਾਰ 'ਚ ਆ ਰਹੇ ਵਾਹਨ ਦੇ ਨਾਲ ਉਹਨਾਂ ਦੀ ਬਾਈਕ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਮੌਕੇ 'ਤੇ ਪੁਲਿਸ ਪਹੁੰਚਦੀ ਹੈ, ਪੁਲਿਸ ਦੇ ਵੱਲੋਂ ਦੋਵਾਂ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ ਅਤੇ ਫਿਰ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਡਿੱਗਦਾ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਖੰਗਾਲੀਆਂ ਜਾ ਰਹੀਆਂ ਨੇ ਕਿ ਕਿਹੜਾ ਉਹ ਵਾਹਨ ਸੀ ਜਿਸ ਦੇ ਵੱਲੋਂ ਜੋ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਈਵੇ 'ਤੇ ਕਾਲੀ ਮਾਤਾ ਮੰਦਿਰ ਦੇ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਦੋਵੇਂ ਨੌਜਵਾਨ ਆਪਣੇ ਪਿੰਡ ਨੂੰ ਜਾ ਰਹੇ ਸੀ ਅਤੇ ਰਾਹ ਦੇ ਵਿਚਾਲੇ ਹੀ ਇਹ ਉਹਨਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਰਾਤ ਕੋ ਦੋ ਲੜਕੇ ਥੇ ਸੋਨੀਪਤ ਫਲਿਪਕਾਰਟ ਮੇਂ ਨੌਕਰੀ ਕਰਤੇ ਥੇ ਜਿਸੇ ਰੋਜ਼ਾਨਾ ਮਾਉਟੀ ਗਾਓ ਇਨਕਾ ਔਰ ਰਾਤ ਕਰੀਬਨ 12 ਵਜੇ ਵਾਪਸ ਆਪਣੇ ਗਾਓ ਜਾ ਰਹੇ ਥੇ ਤੋ ਕਾਲੀ ਮਾਤਾ ਮੰਦਿਰ ਹੈ ਬੜੀ ਗਾਓ ਮੇਂ ਉਸਕੇ ਸਾਹਮਣੇ ਜੀ ਟੀ ਰੋਡ ਪੇ ਕੋ ਅਗਿਆਤ ਵਹੀਕਲ ਨੇ ਉਸਕੇ ਟੱਕਰ ਮਾਰ ਦੀ ਔਰ ਵੇ ਐਟ ਦ ਸਪੋਟ ਐਕਸਪਾਇਰ ਹੋ ਗਈ ਤੋ ਹਮਾਰੇ ਜੋ ਆਈ ਉਹ ਮੌਕੇ ਪੇ ਪਹੁੰਚੀ ਤੋ ਉਨਕੋ ਜੋ ਪਤਾ ਕੀਆ ਤੋ ਉਨਕੇ ਜੋ ਆਈ ਡੀ ਵਗੈਰਾ ਚੇਂਜ ਸੀ ਪਤਾ ਲੱਗਿਆ ਉਸ ਘਰ ਵਾਲੋਂ ਕਾ ਤੋ ਉਨਕੋ ਬੁਲਾ ਕੇ ਸ਼ਨਾਖਤ ਕੀ ਗਈ ਤੋ ਇਸ ਮੇਂ ਸ਼ਨਾਖਤ ਮੇਂ ਇਹ ਕਿ ਜੋ ਮੋਟਰਸਾਈਕਲ ਚਲਾ ਰਿਹਾ ਥਾ ਬੁਲੇਟ ਮੋਟਰਸਾਈਕਲ ਹੀ ਪ੍ਰਵੀਨ ਸੰਨੋਪ ਸੂਰਜ ਹੈ ਇਸਕੀ ਬਾਈਕ ਹੈ ਔਰ ਪਿੱਛੇ ਬੈਠਾ ਹੈ ਇਸੀ ਕੇ ਗਾਓ ਕਾ ਇਸਕਾ ਪੜੋਸੀ ਹੈ ਜੋ ਦੋਨੋਂ ਇਕੱਠੇ ਫਲਿਪਕਾਰਟ ਮੇਂ ਨੌਕਰੀ ਕਰਨੇ ਜਾਤੇ ਥੇ ਤਕਰੀਬਨ ਰਾਤ ਦੇਰ ਰਾਤ ਆਤੇ ਥੇ ਵਾਪਸ तो कल जो है दोनों की शनाख्त होने के बाद परिजन आ गए थे तो उनके स्टेटमेंट ले उससे FIR दर्ज कर दिया गया था वहाँ के खिलाफ और अब रात को ही काफ़ी कोशिश की फुटेज वगैरह देखी हमने टोल पे भी चेक किया तो रात के कारण इतना पता नहीं लग पाया तो अब फिर कोशिश कर रहे हैं आज पोस्टमार्टम करा दी और फिर जिट रोड के जितने भी CCTV कैमरा थे सभी को चेक करके व्हीकल का पता लगा रहे हैं पूरा प्रयास करेंगे इसको ट्रेस आउट करने का।